ਅਸਲਾਮ ਅਲੈਕੁਮ, ਵੈਲਕਮ ਤੁਹਾਨੂੰ ਸਭ ਨੂੰ ਮੇਰੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ। ਅਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਹੈ ਨਾ ਬੀਫ ਦੇ ਸੀਖ ਕਬਾਬ ਲੈ ਕੇ ਆਈ ਹਾਂ, ਅਤੇ ਇਹਦੀ ਰੈਸਿਪੀ ਜਿਹੜੀ ਹੈ ਨਾ ਤੁਹਾਡੇ ਨਾਲ ਮੈਂ ਸਟੈਪ ਬਾਏ ਸਟੈਪ ਸ਼ੇਅਰ ਕਰਾਂਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਰੈਸਟੋਰੈਂਟ ਸਟਾਈਲ ਦੇ ਬੀਫ ਦੇ ਜਿਹੜੇ ਹੈ ਨਾ ਸੀਖ ਕਬਾਬ ਬਣਾ ਸਕਦੇ। ਕਿਉਂਕਿ ਸਾਡੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੇ ਮੈਸੇਜਿਸ ਕੀਤੇ, ਅਤੇ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਇਸ ਤਰੀਕੇ ਦੇ ਕਬਾਬ ਸਿਖਾਓ ਜਿਸ ਤਰ੍ਹਾਂ ਰੈਸਟੋਰੈਂਟ ਦੇ ਵਿੱਚ ਸੀਖ ਕਬਾਬ ਮਿਲਦੇ ਆ, ਅਤੇ ਉਹ ਗੋਸ਼ਤ ਵੀ ਜਿਹੜਾ ਸਾਡਾ ਜਿਹੜਾ ਨਾ ਇਹਦਾ ਗਲਿਆ ਹੋਵੇ ਬਿਲਕੁਲ, ਅਤੇ ਜੂਸੀ ਹੋਣ ਔਰ ਟੇਸਟ ਵੀ ਬਿਲਕੁਲ ਰੈਸਟੋਰੈਂਟ ਸਟਾਈਲ ਵਾਲਾ ਆਏ। ਅਤੇ ਜਦੋਂ ਅਸੀਂ ਉਹਨਾਂ ਨੂੰ ਬਣਾਉਂਦੇ ਹਾਂ ਘਰ ਅਤੇ ਸੀਖਾਂ 'ਤੇ ਲਗਾਉਂਦੇ ਹਾਂ, ਅਤੇ ਉਹ ਜਿਹੜੇ ਆ ਨਾ ਸੀਖਾਂ 'ਤੇ ਸਟੇ ਨਹੀਂ ਕਰਦੇ ਅਤੇ ਡਿੱਗ ਜਾਂਦੇ ਆ। ਅਤੇ ਇਹਦੀ ਵੀ ਮੈਂ ਜਿਹੜੀ ਆ ਨਾ ਤੁਹਾਨੂੰ ਟ੍ਰਿਕ ਦੱਸਾਂਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਨਾ ਇਹਨਾਂ ਨੂੰ ਘਰ ਇਤਨੇ ਅੱਛੇ ਰੈਸਟੋਰੈਂਟ ਸਟਾਈਲ ਦੇ ਸੀਖ ਕਬਾਬ ਬਣਾ ਸਕਦੇ ਹਾਂ। ਅਤੇ ਹੁਣ ਅਸੀਂ ਪਹਿਲਾਂ ਦੇਖ ਲਈਏ ਇਹਦੇ ਵਿੱਚ ਕਿਹੜੀ ਚੀਜ਼ਾਂ ਕਿਹੜੀਆਂ ਕਿਹੜੀਆਂ ਡੱਲੀਆਂ ਆ। ਬਿਸਮਿਲ੍ਲਾ ਰਹਿਮਾਨ ਰਹੀਮ। ਸਭ ਤੋਂ ਪਹਿਲਾਂ ਮੈਂ 1 ਕੇਜੀ ਜਿਹੜਾ ਨਾ ਬੀਫ ਦਾ ਗੋਸ਼ਤ ਲਿਆ ਆ, ਅਤੇ ਉਹਦਾ ਕੀਮਾ ਕਰਵਾ ਲਿਆ ਬਿਲਕੁਲ ਫਾਈਨ ਜਿਹਾ ਇਹਦਾ ਕੀਮਾ ਕਰਵਾਉਣਾ ਆ। ਔਰ ਉਹਦੇ ਵਿੱਚ ਜਿਹੜਾ ਨਾ ਮੈਂ ਦੁੰਬੇ ਦੀ ਚਰਬੀ ਅਸੀਂ ਰੱਖੀ ਹੋਈ ਆ, ਬੈਸਟ ਆ ਦੁੰਬੇ ਦੀ ਚਰਬੀ। ਅਤੇ ਦੁੰਬੇ ਦੀ ਚਰਬੀ ਵੀ ਤੁਸੀਂ ਉਹ ਲੈਣੀ ਆ ਜਿਹੜੀ ਗੁਰਦਿਆਂ ਦੇ ਲਾਗੇ ਹੁੰਦੀ ਆ ਚਰਬੀ। ਅਤੇ ਆਮ ਵੀ ਅਗਰ ਤੁਸੀਂ ਚਰਬੀ ਲਵੋ ਕਿਸੇ ਚੀਜ਼ ਦੀ, ਅਤੇ ਉਹ ਜਿਹੜੀ ਆ ਨਾ ਤੁਸੀਂ ਗੁਰਦਿਆਂ ਦੇ ਲਾਗੇ ਵਾਲੀ ਜਿਹੜੀ ਚਰਬੀ ਆ, ਅਤੇ ਉਹ ਲੈਣੀ ਉਹ ਬੈਸਟ ਹੁੰਦੀ ਆ। ਅਤੇ ਉਹ ਵਿੱਚ ਮੈਂ ਡਾਲੀ ਆ ਤਕਰੀਬਨ ਪਾਈ ਆ ਕਿ ਇਹਦੇ ਵਿੱਚ ਮੈਂ 1 ਪਾਈ ਆ ਦੁੰਬੇ ਦੀ ਚਰਬੀ ਡਾਲੀ ਆ, ਅਤੇ ਨਾਲ ਗ੍ਰੀਨ ਕਲਰ ਇਸ ਲਈ ਆ ਕਿ ਇਹਦੇ ਵਿੱਚ ਹਰੀਆਂ ਮਿਰਚਾਂ ਜਿਹੜੀਆਂ ਸੀ ਇਹ ਮੈਂ ਗ੍ਰੈਂਡ ਕੀਤੀਆਂ ਹੋਈਆਂ ਸੀ। ਅਤੇ ਜਿੰਜਰ ਗਾਰਲਿਕ ਦਾ ਪੇਸਟ ਆ 1-1 ਚਮਚ, ਔਰ ਜਿਹੜੇ ਆ ਨਾ 2 ਅਦਦ ਮੀਡੀਅਮ ਸਾਈਜ਼ ਦੇ ਪਿਆਜ਼ ਸੀ, ਅਤੇ ਉਹਨਾਂ ਨੂੰ ਮੈਂ ਚੌਪ ਕਰਕੇ ਅਤੇ ਅੱਛੀ ਤਰ੍ਹਾਂ ਪਾਣੀ ਉਹਨਾਂ ਦਾ ਡਰੇਨ ਕਰ ਲਿਆ ਸੀਗਾ। ਅਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵਿੱਚ ਚਰਬੀ ਡਾਲਣਾ। ਅਤੇ ਅਗਰ ਤੁਸੀਂ ਲੈ ਕੇ ਆਉਂਦੇ ਹੋ ਦੂਸਰਾ ਗੋਸ਼ਤ, ਅਤੇ ਉਹਦੇ ਵਿੱਚ ਤੁਸੀਂ ਨਾਲ ਚਰਬੀ ਲਿਆ ਸਕਦੇ ਆ ਉਹਦੇ, ਅਤੇ ਫਿਰ ਤਕਰੀਬਨ ਜਿਹੜੀ ਆ ਨਾ 20% ਇਹਦੇ ਵਿੱਚ ਚਰਬੀ ਹੋਣੀ ਚਾਹੀਦੀ ਆ ਗੋਸ਼ਤ ਦੇ ਵਿੱਚ। ਅਤੇ ਇਹ ਚਰਬੀ ਅਸੀਂ ਘਰ ਫਰੀਜ਼ ਕੀਤੀ ਹੋਈ ਸੀ, ਅਤੇ ਇਸ ਲਈ ਜਿਹੜੀ ਆ ਨਾ ਘਰੋਂ ਹੀ ਡਾਲ ਲਈ ਆ, ਅਤੇ ਗੋਸ਼ਤ ਦੇ ਨਾਲ ਚਰਬੀ ਨਹੀਂ ਸੀ ਲਿਆਂਦੀ ਮੈਂ। ਅਤੇ ਅਗਰ ਤੁਸੀਂ ਗੋਸ਼ਤ ਕਰਵਾਓ ਤਾਂ ਇਹਦੇ ਨਾਲ ਚਰਬੀ ਵੀ ਲੈ ਕੇ ਆਉਣਾ। ਔਰ ਇਹਦੇ ਵਿੱਚ ਹੁਣ ਅਸੀਂ ਜਿਹੜੇ ਆ ਨਾ ਸਪਾਈਸਿਸ ਐਡ ਕਰਾਂਗੇ, ਅਤੇ ਪਿਆਜ਼ ਤੋਂ ਬਾਅਦ ਇਹਦੇ ਵਿੱਚ ਜਿਹੜਾ ਨਾ ਮੈਂ 1 ਖਾਣੇ ਦਾ ਚਮਚ ਨਮਕ ਡਾਲਣਾ ਹੈ, ਤਕਰੀਬਨ 1 ਖਾਣੇ ਦਾ ਚਮਚ ਜਿਹੜਾ ਨਮਕ ਸੀਗਾ, ਅਤੇ ਉਹ ਇਹਦੇ ਵਿੱਚ ਮੈਂ ਐਡ ਕਰਾਂਗੀ। ਅਤੇ ਇਹ ਚਰਬੀ ਜਿਹੜੀ ਆ ਅਗਰ ਤੁਸੀਂ ਘਰ ਨਹੀਂ, ਅਸੀਂ ਤਾਂ ਘਰ ਫਰੀਜ਼ ਕੀਤੀ ਹੋਈ ਆ ਦੁੰਬੇ ਦੀ ਚਰਬੀ ਲਿਆ ਕੇ, ਅਤੇ ਉਹਦੇ ਵਿੱਚੋਂ ਨਿਕਾਲ ਕੇ ਪੀਸਿਸ ਜਿਹੜੇ ਆ ਅਤੇ ਉਹ ਗ੍ਰੈਂਡ ਕਰਕੇ ਇਹਦੇ ਵਿੱਚ ਡਾਲ ਲਈ ਦੀ। ਲੇਕਿਨ ਅਗਰ ਤੁਸੀਂ ਬਾਜ਼ਾਰੋਂ ਵੈਸੇ ਲਿਆਉਣਾ ਚਾਹੁੰਦੇ ਆ, ਤਾਂ ਫਿਰ ਤੁਸੀਂ ਜਦੋਂ ਕੀਮਾ ਕਰਵਾਓ ਅਤੇ ਉਹਦੇ ਨਾਲ 20% ਤਕਰੀਬਨ ਵਿੱਚ ਗੋਸ਼ਤ ਦੀ ਚਰਬੀ ਹੋਣੀ ਚਾਹੀਦੀ ਆ। ਰੈੱਡ ਮਿਰਚ ਪਾਊਡਰ ਇਹਦੇ ਵਿੱਚ ਡਾਲਨੀ ਆ, ਅਤੇ ਰੈੱਡ ਮਿਰਚ ਪਾਊਡਰ ਜਿਹੜੀ ਆ ਨਾ ਉਹ ਵੀ ਤੁਸੀਂ 1 ਖਾਣੇ ਦਾ ਚਮਚ ਜਿਹੜਾ ਨਾ ਇਹਦੇ ਵਿੱਚ ਰੈੱਡ ਮਿਰਚ ਪਾਊਡਰ ਡਾਲਨੀ ਆ। ਅਤੇ ਅਗਰ ਤੁਸੀਂ ਕਮ ਸਪਾਈਸੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਥੋੜ੍ਹਾ ਇਹਨੂੰ ਘੱਟ ਵੀ ਕਰ ਸਕਦੇ ਆ, ਲੇਕਿਨ ਇਹ ਅੱਛੇ ਲੱਗਦੇ ਆ ਥੋੜ੍ਹੇ ਸਪਾਈਸੀ ਹੋਣ 'ਤੇ। ਇਤਨਾ ਜ਼ਿਆਦਾ ਸਪਾਈਸੀ ਵੀ ਨਹੀਂ ਸੀ, ਲੇਕਿਨ ਥੋੜ੍ਹੇ ਜ਼ਰਾ ਜ਼ਿਆਦਾ ਸੀ। ਅਗਰ ਤੁਸੀਂ ਨਮਕ ਮਿਰਚਾਂ ਕਮ ਕਰਨਾ ਚਾਹੁੰਦੇ ਆ ਮਿਰਚਾਂ 'ਤੇ, ਤੁਸੀਂ ਕਮ ਵੀ ਕਰ ਸਕਦੇ। ਅਤੇ 1 ਟੀਸਪੂਨ ਇਹਦੇ ਵਿੱਚ ਜਿਹੜਾ ਨਾ ਮੈਂ 1/2 ਕੁੱਟੀ ਮਿਰਚ ਅਤੇ ਉਹ ਐਡ ਕਰੂੰਗੀ। ਅਤੇ ਉਹ 1/2 ਕੁੱਟੀ ਮਿਰਚ ਜਿਹੜੀ ਆ, ਜਿੰਦੋ ਆੜ ਮਿਰਚ ਵੀ ਕਹੀਦਾ, ਐਡ ਕਰਨ ਤੋਂ ਬਾਅਦ ਅਸੀਂ ਇਹਦੇ ਅੰਦਰ ਜਿਹੜਾ ਨਾ ਹਲਦੀ ਡਾਲਣੀ ਆ। ਅਤੇ ਹਲਦੀ ਵੀ ਜਿਹੜੀ ਆ 1 ਟੀਸਪੂਨ ਇਹਦੇ ਵਿੱਚ ਜਿਹੜੀ ਆ ਨਾ ਮੈਂ ਹਲਦੀ ਡਾਲੀ ਆ, ਅਤੇ ਹਲਦੀ ਜ਼ਿਆਦਾ ਨਹੀਂ ਡਾਲਣੀ ਬਿਲਕੁਲ। ਨਮਕ ਮਿਰਚਾਂ 1 ਖਾਣੇ ਦਾ ਚਮਚ ਡਾਲਿਆ ਸੀ, ਲੇਕਿਨ ਇਹ ਮੈਂ 1 ਟੀਸਪੂਨ ਇਹਦੇ ਵਿੱਚ ਹਲਦੀ ਡਾਲੀ, ਔਰ 1/2 ਟੀਸਪੂਨ ਇਹਦੇ ਵਿੱਚ ਜਿਹੜਾ ਨਾ ਮੈਂ ਜ਼ੀਰਾ ਐਡ ਕੀਤਾ ਆ, ਜਿਹੜਾ ਨਾ ਮੈਂ ਗਰਮ ਮਸਾਲਾ ਐਡ ਕੀਤਾ ਆ। ਅਤੇ ਗਰਮ ਮਸਾਲਾ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੀ ਹੁਣ ਮੈਂ ਚੀਜ਼ ਐਡ ਕਰਨ ਲੱਗੀ ਹਾਂ, ਅਤੇ ਇਹਦੇ ਨਾਲ ਜਿਹੜਾ ਸਾਡੇ ਸੀਖ ਕਬਾਬ ਆ ਬਹੁਤ ਹੀ ਜੂਸੀ, ਟੇਸਟੀ ਔਰ ਮਜ਼ੇ ਦੇ ਬਣਦੇ, ਔਰ ਜਲਦੀ ਨਾਲ ਗਲ ਜਾਂਦੇ ਆ, ਅਤੇ ਗੋਸ਼ਤ ਬਿਲਕੁਲ ਕੱਚਾ ਨਹੀਂ ਰਹਿੰਦਾ, ਅੰਦਰ ਤੱਕ ਜਿਹੜੇ ਸੀਖ ਕਬਾਬ ਉਹ ਪੱਕੇ ਹੋਏ ਹੁੰਦੇ ਆ। ਅਤੇ ਹੁਣ ਇਹਦੇ ਵਿੱਚ ਜਿਹੜਾ ਨਾ ਮੈਂ 1 ਟੀਸਪੂਨ ਇਹਦੇ ਵਿੱਚ ਸੁਹਾਗਾ ਡਾਲਿਆ ਆ, ਅਤੇ ਇਹਨੂੰ ਅਸੀਂ ਜਿਹੜਾ ਨਾ ਪੀਸਿਆ ਹੋਇਆ ਸੁਹਾਗਾ ਲਿਆਂਦਾ ਸੀ ਬਾਜ਼ਾਰੋਂ ਇਹ ਮਿਲ ਜਾਂਦਾ ਆ। ਅਤੇ ਇਸ ਪੁਆਇੰਟ 'ਤੇ ਹੁਣ ਅਸੀਂ ਅੱਛੀ ਤਰ੍ਹਾਂ ਇਹਨੂੰ ਜਿਹੜਾ ਨਾ ਮਿਕਸਅਪ ਕਰਨਾ ਆ ਇਹਨੂੰ, ਅਤੇ ਬਿਲਕੁਲ ਜਿਸ ਤਰ੍ਹਾਂ ਅਸੀਂ ਆਟਾ ਗੁੰਨੀ ਦਾ ਆ, ਅਤੇ ਉਸ ਤਰੀਕੇ ਦੇ ਨਾਲ ਅਸੀਂ ਜਿਹੜੇ ਨਾ ਇਹਨੂੰ ਗੁੰਨਣਾ ਆ। ਕਿਉਂਕਿ ਅਗਰ ਅਸੀਂ ਇਸ ਤਰੀਕੇ ਦੇ ਨਾਲ ਗੁੰਨਾਂਗੇ ਅਤੇ ਇਹਦੇ ਵਿੱਚ ਨਮਕ ਦੀ ਵਜ੍ਹਾ ਤੋਂ ਜਿਹੜਾ ਗੋਸ਼ਤ ਉਹ ਨਮਕ ਰਲਦਾ ਆ, ਅਤੇ
ਉਹਦੇ ਨਾਲ ਇਹਦੇ ਜਿਹੜੀ ਆ ਨਾ ਚਿਪਕ ਬਣਦੀ ਆ, ਤੇ ਗੋਸ਼ਤ ਜਿਹੜੇ ਆ ਸੀਖ ਕਬਾਬ ਆ ਸੀਖ ਦੇ ਉੱਤੇ ਅੱਛੀ ਤਰ੍ਹਾਂ ਚਿਪਕਦੇ ਆ, ਤੇ ਇਹਨੂੰ ਅਸੀਂ ਜਿੰਨਾ ਜ਼ਿਆਦਾ ਇੱਦਾਂ ਮਿਕਸ ਕਰਾਂਗੇ ਤੇ ਓਨਾ ਹੀ ਜ਼ਿਆਦਾ ਇਹਦੇ ਵਿੱਚ ਚਿਪਕ ਬਣੇਗੀ, ਤੇ ਜਿਹਦੇ ਨਾਲ ਜਿਹੜੇ ਆ ਗੋਸ਼ਤ ਆ ਸੀਖ ਕਬਾਬ ਆ ਤੇ ਉਹ ਅੱਛੀ ਤਰ੍ਹਾਂ ਚਿਪਕਣਗੇ ਸੀਖਾਂ ਤੇ। ਤੇ ਹੁਣ ਇਹਨੂੰ ਅੱਛੀ ਤਰ੍ਹਾਂ ਗੁੰਨ ਲੈਂਦੇ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਕਿ ਮੇਰੀ ਮੁੱਠੀ ਤੋਂ ਜਿਹੜਾ ਜ਼ਿਆਦਾ ਸੀ ਤੇ ਉਹ ਮੈਂ ਬਾਹਰ ਨਿਕਾਲ ਦਿੱਤਾ ਗੋਸ਼ਤ। ਇਸ ਤਰੀਕੇ ਦੇ ਨਾਲ ਇਹਨੂੰ ਅਸੀਂ ਅੱਛੀ ਤਰ੍ਹਾਂ ਲਗਾਉਣਾ ਆ, ਤੇ ਹੱਥ ਨੂੰ ਤੁਸੀਂ ਪਾਣੀ ਲਗਾ ਲੈਣਾ ਆ। ਪਾਣੀ ਲਗਾਉਣ ਤੋਂ ਬਾਅਦ ਇਹਨੂੰ ਜਿਹੜਾ ਨਾ ਅਸੀਂ ਕਰਨਾ, ਕਿਉਂਕਿ ਥੋੜ੍ਹੀ ਥੋੜ੍ਹੀ ਇਹਦੇ ਵਿੱਚ ਨਮੀ ਆ ਜਾਏ, ਤੇ ਅਗਰ ਇਸ ਪੁਆਇੰਟ 'ਤੇ ਤੁਸੀਂ ਦੇਖ ਲੈਣਾ ਕਿ ਤੁਹਾਡੇ ਸੀਖ ਦੇ ਉੱਤੇ ਕਬਾਬ ਸਟੇ ਨਹੀਂ ਕਰਨ ਦੇ, ਤਾਂ ਇਹਦਾ ਮਤਲਬ ਇਹ ਹੈ ਕਿ ਜਾਂ ਤਾਂ ਤੁਹਾਡੇ ਗੋਸ਼ ਦੇ ਵਿੱਚ ਚਿਪਕ ਨਹੀਂ ਬਣੀ ਹੈਗੀ, ਅਤੇ ਜਾਂ ਫਿਰ ਇਹ ਜਿਹੜਾ ਨਾ ਨਰਮ ਆ ਮਸਾਲਾ ਤੁਹਾਡਾ, ਅਤੇ ਇਹਦੇ ਵਿੱਚ ਜਿਹੜਾ ਨਾ ਕਿ ਚਰਬੀ ਆ ਉਹ ਕੰਮ ਆ, ਅਤੇ ਚਰਬੀ ਇਸੀ ਚੀਜ਼ ਦਾ ਕੰਮ ਕਰਦੀ ਆ ਕਿ ਇਹ ਚਿਪਕਣ ਦਾ ਕੰਮ ਹੀ ਚਰਬੀ ਕਰਦੀ ਆ, ਅਤੇ ਇਹ ਚਰਬੀ ਅਗਰ ਵਿੱਚ ਹੋਵੇ ਤਾਂ ਉਹਦੇ ਨਾਲ ਗੋਸ਼ ਸਾਡਾ ਚਿਮਟਦਾ ਆ ਚਿਪਕਦਾ ਆ, ਅਤੇ ਉਹ ਡਿੱਗਦਾ ਨਹੀਂ ਹੈਗਾ। ਜਦੋਂ ਤੇ ਲੋਕ ਕੰਪਲੇਨ ਕਰਦੇ ਆ ਮੇਰੇ ਭੈਣ ਭਰਾ ਕਿ ਅਸੀਂ ਸੀਖਾਂ ਦੇ ਉੱਤੇ ਜੂੰ ਹੀ ਲਗਾਇਆ ਗੋਸ਼ਤ ਹੀਟ ਅਪ ਹੋਇਆ ਅਤੇ ਉਹ ਸਾਰੇ ਕਬਾਬ ਜਿਹੜੇ ਆ ਉਹ ਕੋਇਲਿਆਂ ਦੇ ਵਿੱਚ ਡਿੱਗ ਗਏ, ਅਤੇ ਉਹ ਇਸ ਵਜ੍ਹਾ ਤੋਂ ਹੀ ਡਿੱਗਦੇ ਆ ਕਿ ਉਹਦੇ ਵਿੱਚ ਜਿਹੜਾ ਨਾ ਕੀਮਾ ਅਸੀਂ ਕਰਵਾਉਂਦੇ ਹਾਂ ਅਤੇ ਚਰਬੀ ਅਸੀਂ ਨਿਕਲਵਾ ਦਿੰਦੇ ਹਾਂ ਸਾਰੀ, ਅਤੇ ਗੋਸ਼ ਜਿਹੜਾ ਨਾ ਉਹ ਫਿਰ ਇਕੱਲਾ ਸਟੇ ਨਹੀਂ ਕਰਦਾ, ਅਤੇ ਚਰਬੀ ਵਿੱਚ ਡਾਲਨਾ ਜ਼ਰੂਰੀ ਆ, ਅਤੇ ਔਰ ਇੱਕ ਇਹਨੂੰ ਗੁੰਨਣਾ ਜ਼ਰੂਰੀ ਆ, ਅਤੇ ਨਾਲ ਤੁਸੀਂ ਇਹਨੂੰ ਜਿਹੜਾ ਨਾ ਮੈਰੀਨੇਟ ਕਰਕੇ ਅਤੇ ਪੂਰਾ ਦਿਨ ਰੱਖਣਾ ਆ ਇਹਨੂੰ, ਅਤੇ ਅਗਰ ਤੁਸੀਂ ਬਣਾਉਣੇ ਆ ਤਾਂ ਇੱਕ ਦਿਨ ਪਹਿਲੇ ਤੁਸੀਂ ਇਹਨੂੰ ਮੈਰੀਨੇਟ ਕਰਨਾ ਆ, ਔਰ ਪੂਰਾ ਦਿਨ ਜਿਹੜਾ ਨਾ ਇਹਨਾਂ ਨੂੰ ਅਸੀਂ ਰੱਖਾਂਗੇ ਇਸੇ ਤਰੀਕੇ ਦੇ ਨਾਲ। ਅਤੇ ਇਹ ਬਹੁਤ ਹੀ ਟੇਸਟੀ ਔਰ ਮਜ਼ੇ ਦੇ ਬਣੇ ਸੀਗੇ, ਬੜੇ ਜੂਸੀ ਔਰ ਟੇਸਟੀ ਜਿਹੜੇ ਨਾ ਤਿਆਰ ਹੋਣਗੇ ਤੁਹਾਡੇ ਕੋਲ ਵੀ ਰੈਸਟੋਰੈਂਟ ਸਟਾਈਲ ਦੇ, ਅਗਰ ਤੁਸੀਂ ਸਟੈਪ ਬਾਏ ਸਟੈਪ ਇਸੀ ਤਰ੍ਹਾਂ ਮੇਰਾ ਜਿਹੜਾ ਨਾ ਰੈਸਿਪੀ ਨੂੰ ਫੋਲੋ ਕਰੋਗੇ। ਅਤੇ ਇਹਦੇ ਵਿੱਚੋਂ ਤੁਸੀਂ ਸਕਿੱਪ ਕੋਈ ਚੀਜ਼ ਨਹੀਂ ਕਰਨੀ ਹੈਗੀ, ਅਤੇ ਕਿਉਂਕਿ ਸਾਰੀਆਂ ਚੀਜ਼ਾਂ ਹੀ ਇੰਪੋਰਟੈਂਟ ਆ, ਅਤੇ ਜੇ ਇਸ ਤਰੀਕੇ ਦੇ ਨਾਲ ਮੈਂ ਮਸਾਲਾ ਬਣਾਇਆ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਦਾ ਜਿਹੜਾ ਨਾ ਮਸਾਲਾ ਬਣਾਉਣਾ ਆ। ਔਰ ਇਹਦੀਆਂ ਨਮਕ ਮਿਰਚਾਂ ਤੁਸੀਂ ਜਿਹੜੀਆਂ ਨਾ ਮਸਾਲੇ ਦੀਆਂ ਚੈੱਕ ਕਰ ਲੈਣੀਆਂ, ਤਾਂ ਕਿ ਤੁਹਾਡੀ ਸੀਖ ਕਬਾਬ ਜਿਹੜੇ ਨਾ ਉਹ ਅੱਛੇ ਬਣਨ ਟੇਸਟੀ ਬਣਨ, ਅਤੇ ਉਹਦੇ ਲਈ ਤੁਸੀਂ ਥੋੜ੍ਹਾ ਜਿਹਾ ਮਸਾਲਾ ਲੈ ਕੇ ਅਤੇ ਤਵੇ 'ਤੇ ਉਹਨੂੰ ਪਕਾ ਲੈਣਾ ਆ ਓਇਲ ਡਾਲ ਕੇ, ਅਤੇ ਉਹਦਾ ਕਬਾਬ ਜਿਹਾ ਬਣਾ ਕੇ ਤੁਸੀਂ ਨਮਕ ਮਿਰਚਾਂ ਚੈੱਕ ਕਰ ਲੈਣੀਆਂ, ਔਰ ਤੁਸੀਂ ਦੇਖ ਸਕਦੇ ਆ ਕਿ ਬਿਲਕੁਲ ਸਟੇ ਕੀਤੇ ਹੋਏ ਆ, ਕੋਈ ਕਬਾਬ ਜਿਹੜਾ ਨਾ ਕਿਰਿਆ ਨਹੀਂ ਹੈਗਾ ਨੀਚੇ, ਅਤੇ ਅੱਗ ਮੈਂ ਅੰਗੀਠੀ 'ਚ ਪਹਿਲੇ ਹੀ ਚਲਾ ਕੇ ਰੱਖੀ ਹੋਈ ਸੀ ਕੋਇਲਿਆਂ 'ਤੇ, ਅਤੇ ਜਦੋਂ ਇਹ ਥੋੜ੍ਹੇ ਕੋਇਲਿਆਂ ਦਾ ਜਿਹੜਾ ਨਾ ਅੱਗ ਖਤਮ ਹੋ ਗਈ, ਕੋਇਲੇ ਬਣ ਗਏ, ਅਤੇ ਹੁਣ ਇਹ ਬਾਜ਼ਾਰੀ ਕੋਇਲੇ ਆ ਜਿਹਨੂੰ ਗੈਸੀ ਕੋਇਲੇ ਕਹੀਦਾ, ਅਤੇ ਉਹ ਮੈਂ ਚਲਾ ਕੇ ਜਿਹੜੇ ਆ ਨਾ ਉਹਨਾਂ ਦੇ ਉੱਤੇ ਸੀਖ ਕਬਾਬ ਬਣਾ ਰਹੀ ਹਾਂ। ਇਹ ਬੜੇ ਜੂਸੀ ਔਰ ਟੇਸਟੀ ਜਿਹੜੇ ਆ ਨਾ ਸੀਖ ਕਬਾਬ ਬਣੇ ਸੀ ਸਾਡੇ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਕਿਤਨੇ ਅੱਛੇ ਲੱਗ ਰਹੇ ਆ, ਕਲਰਫੁੱਲ ਆ, ਕਲਰ ਕਿੰਨਾ ਅੱਛਾ ਇਹਨਾਂ ਦਾ ਆਇਆ ਹੋਇਆ ਆ ਕਬਾਬ ਦਾ। ਔਰ ਹੁਣ ਸਾਡੇ ਜਿਹੜੇ ਕਬਾਬ ਹਨ ਉਹ ਪੱਕ ਗਏ ਆ, ਅਤੇ ਇਹਨਾਂ ਨੂੰ ਜਿਹੜਾ ਨਾ ਮੈਂ ਸੀਖਾਂ ਤੋਂ ਉਤਾਰੂੰਗੀ, ਅਤੇ ਇਹਨਾਂ ਨੂੰ ਵੀ ਸੀਖਾਂ ਤੋਂ ਉਤਾਰਨ ਦਾ ਜਿਹੜਾ ਨਾ ਇੱਕ ਟ੍ਰਿਕ ਹੁੰਦੀ ਆ, ਇਹ ਵੀ ਇੱਕ ਤਰੀਕਾ ਹੁੰਦਾ ਸੀਖਾਂ ਤੋਂ ਉਤਾਰਨ ਦਾ, ਕਿਉਂਕਿ ਕਬਾਬ ਜਿਹੜੇ ਆ ਨਾ ਉਹ ਦੋਨਾਂ ਸਾਈਡਾਂ ਤੋਂ ਸੀਖਾਂ ਦੇ ਨਾਲ ਚਿਪਕੇ ਹੋਏ ਹੁੰਦੇ ਆ, ਅਤੇ ਜਦੋਂ ਉਹ ਪੱਕਦੇ ਆ ਅਤੇ ਫਿਰ ਉਹ ਸਾਈਡਾਂ ਤੋਂ ਜਿਹੜੇ ਆ ਨਾ ਚਿਮਟ ਜਾਂਦੇ ਆ, ਅਤੇ ਇਸ ਲਈ ਪਹਿਲਾਂ ਉਹਨਾਂ ਨੂੰ ਦੋਨਾਂ ਸਾਈਡਾਂ ਤੋਂ ਜਿਹੜੇ ਅਸੀਂ ਅਲੱਗ ਕਰਾਂਗੇ ਸੀਖ ਨਾਲੋਂ, ਅਤੇ ਫਿਰ ਉਹਨਾਂ ਨੂੰ ਜਿਹੜਾ ਨਾ ਸੀਖਾਂ ਤੋਂ ਉਤਾਰਨਾ ਆ, ਅਤੇ ਅਗਰ ਇਸ ਤਰੀਕੇ ਦੇ ਨਾਲ ਤੁਸੀਂ ਸੀਖਾਂ ਤੋਂ ਉਤਾਰੋਗੇ ਤਾਂ ਜਿਹੜੇ ਸਾਡੇ ਕਬਾਬ ਆ ਅਤੇ ਉਹ ਟੁੱਟਣਗੇ ਨਹੀਂ। ਅਤੇ ਇਸ ਤੋਂ ਇਲਾਵਾ ਜਿਹੜਾ ਨਾ ਮੁਰਗੀ ਦੇ ਵੀ ਸੀਖ ਕਬਾਬ ਬਣਾਏ ਸੀ, ਅਤੇ ਉਹਦੀ ਜਿਹੜੀ ਰੈਸਿਪੀ ਆ ਮੈਂ ਐਂਡ 'ਤੇ ਐਂਡ ਸਕਰੀਨ 'ਤੇ ਜਿਹੜਾ ਨਾ ਉਹਦੀ ਵੀਡੀਓ ਸ਼ੇਅਰ ਕਰ ਦਾਂਗੀ ਤੁਹਾਡੇ ਨਾਲ, ਉੱਥੋਂ ਜਾ ਕੇ ਤੁਸੀਂ ਉਹਨੂੰ ਦੇਖ ਸਕਦੇ ਆ। ਅਤੇ ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾ ਰਹੀ ਹਾਂ, ਅਤੇ ਕਿਤਨਾ ਅੱਛਾ ਇਹਨਾਂ ਦਾ ਕਲਰ ਆਇਆ ਆ, ਅਤੇ ਬਹੁਤ ਹੀ ਟੇਸਟੀ ਔਰ ਮਜ਼ੇ ਦੇ ਬਣੇ ਸੀ। ਅਤੇ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਏ ਤਾਂ ਇਹਨੂੰ ਲਾਈਕ ਵੀ ਕਰ ਦੇਣਾ, ਔਰ ਬਾਕੀ ਜਿਹੜੀਆਂ ਆਪਣੇ ਭੈਣ ਭਰਾ ਉਹਨਾਂ ਦੇ ਨਾਲ ਇਹਦੀ ਰੈਸਿਪੀ ਸ਼ੇਅਰ ਵੀ ਕਰਨਾ, ਘਰ ਜ਼ਰੂਰ ਟਰਾਈ ਕਰਿਓ। ਅਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਮੇਰੇ ਚੈਨਲ 'ਤੇ, ਉਹਨੂੰ ਸਬਸਕ੍ਰਾਈਬ ਵੀ ਕਰ ਲੈਣ, ਅਤੇ ਬੈੱਲ ਆਈਕਾਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ, ਤਾਂ ਕਿ ਮੇਰੀ ਆਉਣ ਵਾਲੀ ਨਈ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਹੀ ਮਿਲਣ। ਅਤੇ ਹੁਣ ਦਿਓ ਮੈਨੂੰ ਇਜਾਜ਼ਤ, ਅਤੇ ਫੀਡਬੈਕ ਮੈਨੂੰ ਦਿਓ, ਮੇਰੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਿਪੀ ਕਿਸ ਤਰ੍ਹਾਂ ਦੀ ਲੱਗੀ ਆ। ਅਤੇ ਮੈਨੂੰ ਦਿਓ ਹੁਣ ਇਜਾਜ਼ਤ, ਇਨਸ਼ਾ ਅੱਲਾਹ ਤਾਲਾ ਮੈਂ ਆਪਣੀ ਨੈਕਸਟ ਵੀਡੀਓਜ਼ ਦੇ ਨਾਲ ਫਿਰ ਤੁਹਾਡੀ ਖਿਦਮਤ ਦੇ ਵਿੱਚ ਜਲਦੀ ਹਾਜ਼ਰ ਹੋਊਂਗੀ। ਅਤੇ ਮੇਰੇ ਵੱਲੋਂ ਹੁਣ ਅੱਲਾਹ ਹਾਫਿਜ਼।